ਇਹ ਜੋ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਨਾਭਾ ਦੀ ਰਹਿਣ ਵਾਲੀ ਹਰਪਾਲ ਕੌਰ ਹੈ ਜੋ ਕਿ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਕੁਲਫੀਆਂ ਦੀ ਰੇੜੀ ਚਲਾ ਕੇ ਕੁਲਫੀਆਂ ਵੇਚ ਰਹੀ ਹੈ। ਇਸ ਔਰਤ ਦੇ ਦੋ ਛੋਟੇ ਛੋਟੇ ਮਾਸੂਮ ਬੱਚੇ ਵੀ ਸਵੇਰ ਤੋਂ ਰਾਤ ਤੱਕ ਆਪਣੀ ਮਾਂ ਦੇ ਨਾਲ ਹੀ ਰਹਿੰਦੇ ਹਨ। ਇਹ ਔਰਤ ਹਰਪਾਲ ਕੌਰ ਨੇ ਦੱਸਿਆ ਹੈ ਕਿ ਮੈਂ ਤਕਰੀਬਨ 6 ਮਹੀਨੇ ਤੋਂ ਆਪ ਰਿਕਸ਼ਾ ਰੇੜੀ ਚਲਾ ਕੇ ਸ਼ਹਿਰ ਵਿੱਚ ਕੁਲਫੀਆਂ ਵੇਚ ਰਹੀ ਹਾਂ ਅਤੇ ਉਹਨਾਂ ਕਿਹਾ ਕਿ 250 ਤੋਂ 300 ਰੁਪਏ ਉਸਨੂੰ ਦਿਹਾੜੀ ਮਿਲਦੀ ਹੈ ਅਤੇ ਇਹ ਪੈਸੇ ਨਾਲ ਬੜੀ ਮੁਸ਼ਕਿਲ ਨਾਲ ਵੀ ਗੁਜ਼ਾਰਾ ਚੱਲਦਾ ਹੈ। ਹਰਪਾਲ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਕਦੇ ਉਹਨਾਂ ਨੂੰ ਭੁੱਖੇ ਪੇਟ ਵੀ ਸੌਣਾ ਪੈਂਦਾ ਹੈ। ਇੰਨੀ ਮਜਬੂਰ ਹੈ ਕਿ ਉਹ ਗਲੇ ਵਿੱਚ ਫਾਹਾ ਲੈਣ ਨੂੰ ਵੀ ਤਿਆਰ ਹੈ। ਉਹਨਾਂ ਕਿਹਾ ਕਿ ਸਾਡੀ ਜ਼ਮੀਨ ਵੀ ਗਹਿਣੇ ਪਈ ਹੈ। 3 ਸਾਲ ਤੋਂ ਉਸਦਾ ਪਤੀ ਵੀ ਬਿਮਾਰ ਚੱਲ ਰਿਹਾ ਹੈ। ਸਾਰਾ ਪੈਸਾ ਉਸਦੀ ਬਿਮਾਰੀ 'ਤੇ ਲੱਗ ਗਿਆ ਹੈ ਅਤੇ ਆਹੀਂ ਉਸਨੂੰ ਮਜਬੂਰ ਹੋ ਕੇ ਕੁਲਫੀ ਵਾਲੀ ਰੇੜੀ ਚੁੱਕਣੀ ਪਈ। ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਚੱਜਦੀਆਂ ਹੁੰਦੀਆਂ ਤਾਂ ਅੱਜ ਉਸਨੂੰ ਕੁਲਫੀਆਂ ਵੇਚਣ ਨਹੀਂ ਪੈਂਦੀਆਂ। ਹਰਪਾਲ ਕੌਰ ਨੇ ਸਰਕਾਰਾਂ ਨੂੰ ਕੋਸਦੇ ਹੋਏ ਕਿਹਾ ਹੈ ਕਿ ਨਾ ਹੀ ਅਜੇ ਤੱਕ ਮੇਰਾ ਰਾਸ਼ਨ ਕਾਰਡ ਬਣਿਆ ਹੈ ਅਤੇ ਨਾ ਹੀ ਕੋਈ ਮੈਨੂੰ ਸਰਕਾਰੀ ਸਹੂਲਤ ਮਿਲੀ ਹੈ। ਮੈਂ ਤਰਨ ਮਹਿਤਾ ਨਾਭਾ ਅੱਜ ਅਸੀਂ ਮੌਜੂਦ ਹਾਂ ਸ਼ਹਿਰ ਨਾਭਾ ਵਿਖੇ ਜਿੱਥੇ ਕਿ ਤੁਹਾਨੂੰ ਇੱਕ ਤਸਵੀਰਾਂ ਦਿਖਾਉਂਦੇ ਹਾਂ ਜਿੱਥੇ ਕਿ ਸਰਕਾਰਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਅਤੇ ਬਹੁਤ ਹੀ ਇੱਕ ਤੁਹਾਨੂੰ ਦਿਖਾਉਂਦੇ ਹਾਂ ਬਹੁਤ ਹੀ ਗਰੀਬ ਔਰਤ ਨੇ ਜੋ ਕਿ ਕੁਲਫੀਆਂ ਦੀ ਰੇੜੀ ਚਲਾ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ, ਆਪਣੇ ਬੱਚਿਆਂ ਨੂੰ ਪਾਲ ਰਹੇ ਨੇ ਅਤੇ ਪਰਿਵਾਰ ਨੂੰ ਪਾਲ ਰਹੇ ਨੇ, ਗੱਲਬਾਤ ਕਰ ਲੈਂਦੇ ਹਾਂ। ਹਾਂਜੀ ਭੈਣ ਜੀ, ਤੁਹਾਡਾ ਕੀ ਨਾਮ ਹੈ? ਤੁਸੀਂ ਇਹ ਕੁਲਫੀਆਂ ਦਾ ਕੰਮ ਕਰਦੇ ਹੋ ਕਿੰਨੇ ਟਾਈਮ ਤੋਂ ਕਰ ਰਹੇ? ਹਰਪਾਲ ਕੌਰ ਹੈ ਮੇਰਾ ਨਾਮ। ਕੁਲਫੀਆਂ ਦਾ ਕੰਮ 6 ਮਹੀਨੇ ਹੋ ਗਏ ਸਾਨੂੰ ਕਰਦਿਆਂ ਨੂੰ। 1 ਮਹੀਨਾ ਹੋ ਗਿਆ ਮੈਨੂੰ ਨਾਭੇ 'ਚ ਆਈ ਨੂੰ। ਪਹਿਲਾਂ ਭਵਾਨੀਗੜ੍ਹ ਦੇ ਵਿੱਚ ਕੁਲਫੀ ਵੇਚ ਰਹੀ ਸੀ ਵੀ ਜੇ ਸਰਕਾਰਾਂ ਕਿਸੇ ਕੰਮ ਦੀਆਂ ਹੁੰਦੀਆਂ ਸਾਨੂੰ ਅਜੇ ਕੁਲਫੀਆਂ ਦੇ ਰੇੜੀਆਂ ਨਾ ਚੱਕਣੀਆਂ ਪੈਂਦੀਆਂ। ਜਿਹੜਾ ਹੁਣ ਇਹ ਕੁਲਫੀਆਂ ਦਾ ਕੰਮ ਕਰ ਰਹੇ ਸਾਨੂੰ ਇਹ ਨਾ ਕਰਨਾ ਪੈਂਦਾ। ਸਰਕਾਰਾਂ ਨੇ ਸਾਨੂੰ ਕੋਈ ਗਰੀਬਾਂ ਨੂੰ ਸਹੂਲਤ ਦਿੱਤੀ ਹੁੰਦੀ। ਕਿੰਨਾ ਕੁ ਤੁਹਾਨੂੰ ਇਹ 'ਚੋਂ ਬੱਚਤ ਹੋ ਜਾਂਦੀ ਹੈ? ਕਿੰਨੇ ਕੁ ਦਿਨ ਦੇ ਰੋਜ਼ ਕਮਾ ਲੈਂਦੇ? ਰੋਜ਼ ਦਿਨ ਦਾ ਜੀ ਕਦੇ 200 ਵੀ ਕਮਾ ਲੈਣੀ ਹੈ, ਕਦੇ 300 ਵੀ ਕਮਾ ਲੈਣੀ ਹੈ। ਬਸ ਇਹਦੇ ਨਾਲ ਘਰ ਦਾ ਖਰਚਾ ਪੂਰਾ ਵੀ ਨਹੀਂ ਹੋ ਰਿਹਾ ਜੀ। ਤੁਹਾਡੇ ਮਤਲਬ ਕਿ ਕਿੰਨੇ ਬੱਚੇ ਆ ਤੁਹਾਡੇ ਪਰਿਵਾਰ ਵਿੱਚ? ਕੌਣ ਕੌਣ ਹੈ? 2 ਬੱਚੇ ਆ ਜੀ ਮੇਰੇ ਹਸਬੈਂਡ, ਦੋਨੋਂ ਅਸੀਂ 4 ਜੀ ਆ। ਸਰਕਾਰਾਂ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਵੀ ਅਸੀਂ ਆਹ ਕਰਤਾ ਔਰਤਾਂ ਵਾਸਤੇ, ਆਹ ਕਰਤਾ, ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਇਸ ਮਤਲਬ ਮੁਸ਼ਕਿਲ ਦੀ ਘੜੀ ਵਿੱਚੋਂ ਗੁਜ਼ਰ ਰਹੇ? ਮੁਸ਼ਕਿਲ ਦੀ ਘੜੀ ਸਾਡਾ ਤਾਂ ਇੰਝ ਕਰਦਾ ਵੀ ਅੱਜ ਫਾਹੇ ਲੈ ਕੇ ਮਰਨ ਨੂੰ ਤਿਆਰ ਹਾਂ। ਜ਼ਮੀਨ 1 ਕਿੱਲਾ ਉਹ ਵੀ ਸਾਡੀ ਗਹਿਣੇ ਪਈ ਹੈਗੀ। ਮੇਰੇ ਹਸਬੈਂਡ 3 ਸਾਲ ਬਿਮਾਰ ਰਹੇ ਨੇ, ਇਹਨਾਂ ਦੇ ਬਿਮਾਰ ਹੋਣ ਕਾਰਨ ਮੈਨੂੰ ਇਹ ਰੇੜੀ ਚੱਕਣੀ ਪੈ ਗਈ। ਜਿਹੜੀ ਮੇਰੀ ਜਗ੍ਹਾ ਮੈਂ ਉਹ ਵੀ ਆਪਦੀ ਵੇਚ ਕੇ ਇੱਥੇ ਤੇ ਲਾ ਚੁੱਕੀ ਹਾਂ। ਕੀ ਉਹਨਾਂ ਨੂੰ ਕੀ ਗੱਲਬਾਤ, ਕੀ ਬਿਮਾਰ ਹੋ ਗਈ? ਉਹਨਾਂ ਨੂੰ ਜੀ ਦਿਮਾਗੀ ਟੈਨਸ਼ਨ ਹੋ ਗਈ ਸੀਗੀ। ਜਦੋਂ ਮੇਰਾ ਵੱਡਾ ਬੇਟਾ ਹੋਇਆ ਡਾਕਟਰ ਕਹਿੰਦੇ ਵੀ 4 ਦਿਨ ਦਾਖਲ ਰੱਖਿਆ, ਵੱਡਾ ਆਪਰੇਸ਼ਨ ਕੀਤਾ ਤਾਂ ਉਹਨਾਂ ਨੂੰ ਦਿਮਾਗ 'ਤੇ ਟੈਨਸ਼ਨ ਹੋ ਗਈ ਸੀ ਬਸ। ਹਾਂਜੀ, ਵੱਡੇ ਆਪਰੇਸ਼ਨ ਹੋਇਆ ਸੀ ਬੱਚਾ, ਉਹਦੇ ਕਾਰਨ ਜਦੋਂ ਡਾਕਟਰਾਂ ਨੇ ਸਾਨੂੰ ਤੁਰਤ ਪੈਰ ਕਹਿਤਾ ਵੀ ਬੱਚਾ ਆਪਰੇਸ਼ਨ ਚੱਕਣਾ ਪਊਗਾ ਵੀ ਨਹੀਂ ਬੱਚਾ ਬਚ ਨਹੀਂ ਸਕਦਾ, ਬਸ ਇਹਨਾਂ ਦੇ ਦਿਮਾਗ 'ਤੇ ਟੈਨਸ਼ਨ ਪੈ ਗਈ ਸੀ। ਉਹਦੇ ਪੈਸਿਆਂ ਦਾ ਨਹੀਂ ਮਸਲਾ ਹੱਲ ਹੋਇਆ ਹੋਣਾ ਮਤਲਬ? ਹਾਂਜੀ, ਇਸ ਲਈ ਸਾਨੂੰ ਵੱਡਾ ਆਪਰੇਸ਼ਨ ਕਰਾਉਣਾ ਪੈ ਗਿਆ। ਉਹਨਾਂ ਦੇ ਦਿਮਾਗ 'ਤੇ ਟੈਨਸ਼ਨ ਪੈ ਗਈ ਤਾਂ ਉਹ 3 ਸਾਲ ਬਿਮਾਰ ਰਹੇ ਨੇਗੇ। ਜਗ੍ਹਾ ਵੇਚ ਕੇ ਇਹਨਾਂ 'ਤੇ ਲਾ ਚੁੱਕੀ ਹੈ। ਹਾਂ, ਜਗ੍ਹਾ ਵੇਚਤੀ ਮੈਂ, ਕਿਰਾਏ 'ਤੇ 1.5 ਸਵਾ ਜਗ੍ਹਾ ਦਾ ਸੀ ਉਹ ਵੀ ਮੈਂ ਵੇਚਤਾ, ਮੈਂ ਕਿਰਾਏ 'ਤੇ ਰਹਿੰਦੀ ਹਾਂ ਹੁਣ। ਜਗ੍ਹਾ ਸੀ ਮਤਲਬ? ਨਹੀਂ, ਧਨੌਲਾ ਸੀ ਸਾਡਾ ਪਿੰਡ, ਧਨੌਲਾ ਬਰਨਾਲਾ ਜ਼ਿਲ੍ਹਾ। ਇੱਥੇ ਫਿਰ ਤੁਸੀਂ ਕਿੰਨਾ ਕੁ ਸਮਾਂ ਸ਼ਹਿਰ ਦੇ ਵਿੱਚ ਕੁਲਫੀਆਂ ਵੇਚਦੇ? ਇੱਥੇ ਜੀ ਮੈਂ ਸਵੇਰੇ 10-11 ਵਜੇ ਘਰੋਂ ਨਿਕਲਦੀ ਹਾਂ ਕੰਮ ਕੁੰਮ ਕਰਕੇ, ਬੱਚਿਆਂ ਨੂੰ ਰੋਟੀ ਖਵਾ ਕੇ ਮੈਂ ਰਾਤ ਨੂੰ 10-11 ਵਜੇ ਤੱਕ ਰੇੜੀ ਲਾਉਂਦੀ ਹਾਂ ਤਾਂ ਕਿਤੇ ਜਾ ਕੇ ਮੈਨੂੰ 250-300 ਰੁਪਇਆ ਬਣਦਾ। ਤਾਂ ਫਿਰ ਬਿਲਕੁਲ ਗੁਜ਼ਾਰਾ ਹੁੰਦਾ ਨਹੀਂ ਹੁੰਦਾ ਜੀ? ਮੈਂ ਕਿਰਾਇਆ 4000 ਰੁਪਇਆ ਤਾਂ ਮੇਰੇ ਮਕਾਨ ਦਾ ਕਿਰਾਇਆ ਜੀ ਇੱਥੇ ਨਾਭੇ ਦੇ ਵਿੱਚ, ਫਿਰ ਮੇਰਾ ਬਿੱਲ ਹੈਗਾ, ਨਹੀਂ ਹੁੰਦਾ ਜੀ ਕਿਰਾਇਆ। ਮਤਲਬ ਕਿ ਹੁਣ ਜੀ ਤੁਸੀਂ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਵੀ ਤੁਹਾਡਾ ਰਾਸ਼ਨ ਕਾਰਡ ਬਣਿਆ ਅੱਜ ਤੱਕ? ਨਹੀਂ ਜੀ, ਸਾਡਾ ਰਾਸ਼ਨ ਕਾਰਡ ਨਹੀਂ ਬਣਿਆ ਹੈਗਾ, ਨਾ ਹੀ ਸਾਡਾ ਰਾਸ਼ਨ ਕਾਰਡ ਬਣਿਆ ਤਾਂ ਨਾ ਹੀ ਸਾਨੂੰ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਆਈ ਹੈਗੀ ਕੋਈ ਵੀ। ਜਿਵੇਂ ਮੋਦੀ ਕਹਿੰਦਾ ਸੀ ਕਿ ਲੋਕਡਾਊਨ ਦੇ ਵਿੱਚ ਵੀ ਮੈਂ ਇੰਨੇ ਨੇ ਪੈਸੇ ਪਾਤੇ, ਕੋਈ ਲੋਕਡਾਊਨ ਦੇ ਵਿੱਚ ਵੀ ਸਾਨੂੰ ਕੋਈ ਪੈਸਾ ਨਹੀਂ ਆਇਆ ਸਰਕਾਰ ਵੱਲੋਂ। ਕਿੰਨੇ ਤੁਹਾਡੇ ਬੱਚੇ? ਛੋਟੇ ਛੋਟੇ 2 ਬੱਚੇ? ਹਾਂਜੀ, 2 ਬੱਚੇ ਹੈਗੇ ਮੇਰੇ, 1 ਬੇਟਾ 1 ਗੁੱਡੀ ਆ। ਇਹ ਦੋਨੇ ਬੱਚਿਆਂ ਨੂੰ ਮੈਂ ਘਰਾਂ, ਪਹਿਲਾਂ ਮੈਂ ਘਰਾਂ ਦਾ ਝਾੜੂ ਪੋਚਾ ਵੀ ਕਰਦੀ ਹਾਂ, ਦੋਨੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੀ ਮੈਂ ਫਿਰ ਘਰਾਂ ਦਾ ਝਾੜੂ ਪੋਚਾ ਕਰਦੀ। ਤੁਸੀਂ ਘਰ ਦਾ ਕੰਮ ਕਾਰ ਜਿਵੇਂ ਹੁਣ ਤੁਸੀਂ ਦਿਨ ਵੇਲੇ ਤਾਂ ਸਾਰਾ ਦਿਨ ਕੰਮ ਕੁਲਫੀਆਂ ਦਾ ਕੰਮ ਕਰਦੇ ਹੋ ਅਤੇ ਫਿਰ ਰੋਟੀ ਪਾਣੀ ਦਾ ਘਰ ਦਾ ਕੰਮ? ਸੁਬਾਹ ਸੁਨੇਹਾ ਉੱਠਦੀ ਹਾਂ ਜੀ, ਸੁਬਾਹ ਸੁਨੇਹਾ ਉੱਠ ਕੇ ਤਾਂ ਮੈਂ ਆਪਦਾ ਘਰ ਦਾ ਕੰਮ ਕਰਦੀ ਹਾਂ, ਫਿਰ 10 ਵਜੇ ਨੂੰ ਮੈਂ ਘਰੋਂ ਨਿਕਲਦੀ ਹਾਂ ਕੁਲਫੀ ਵਿੱਚ, ਰਾਤ ਨੂੰ 11 ਵਜੇ ਰਾਤ ਨੂੰ ਫਿਰ ਜਾ ਕੇ ਰੋਟੀ ਪਾਣੀ ਬੱਚਿਆਂ ਨੂੰ ਖਿਲਾ ਕੇ ਫਿਰ ਪਾਉਂਦੀ ਹਾਂ। ਤੁਹਾਡੇ ਕਹਿਣ ਦਾ ਮਤਲਬ ਕਿ ਜੋ ਸਰਕਾਰਾਂ ਦੇ ਹੁਣ ਤੱਕ ਨੇ ਦਾਅਵੇ ਕੀਤੇ ਗਏ ਬਿਲਕੁਲ ਖੋਖਲੇ ਨੇ? ਬਿਲਕੁਲ ਬੇਕਾਰ ਨੇ ਜੀ, ਸਾਨੂੰ ਤਾਂ ਕੋਈ ਇਹਨਾਂ 'ਚ ਕੁਛ ਨਹੀਂ, ਇਹਨਾਂ ਦਾ ਕਹਿਣ ਦਾ ਕੋਈ ਮਤਲਬ ਨਹੀਂ ਹੈਗਾ। ਇਹ ਤਾਂ ਕਹਿੰਦੇ ਨੇ ਵਸੇ ਤੱਕ ਵੋਟਾਂ ਲੈਣ ਦੇ ਮਾਰੇ ਕਹਿੰਦੇ ਨੇ ਕਿ ਵੀ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ, ਜਦੋਂ ਇਹਨਾਂ ਨੂੰ ਆਪਦੀ ਕੁਰਸੀ ਮਿਲ ਜਾਂਦੀ ਹੈ ਕਿਸੇ ਗਰੀਬ ਲਈ ਕੁਛ ਨਹੀਂ ਕਰਦੇ ਹੈਗੇ, ਸਿਰਫ ਇਹਨਾਂ ਨੂੰ ਆਪਦੀ ਕੁਰਸੀ ਤੱਕ ਮਤਲਬ ਹੈ, ਇਹਨਾਂ ਨੂੰ ਕਿਸੇ ਗਰੀਬ ਤੱਕ ਕੋਈ ਮਤਲਬ ਨਹੀਂ, ਚਾਹੇ ਕੋਈ ਮਰੇ ਚਾਹੇ ਕੋਈ ਰਹੇ ਗਰੀਬ।
मंग तो यही करते हैं भी साड़ी सुनी जावे। हाँ जी, जिवें असीं मेहनत करते हैं, मेहनत करके भी जो साडा कुछ हुंदा नहीं हैगा, कोई फायदा नहीं मिलता, मेहनत करी दा भी कोई खाहो नहीं हैगा, भी किराए भी इन्ने वधे पए ने कि अगला किराया देवे कि हुण 2 रुपया वधे कोले रखीए, जगह भी कित्थों बणा लांगे। सरकार कहिंदी है 5-5 मरले देवांगे, जे देणगे फिर फायदा जी, हजे तक तां कुछ नहीं किसे नूं दित्ता हैगा, जदों मिलूगा उदों देखांगे, जदों मिलूगा, हजे तक तां कुछ नहीं हैगा। ਕੁਲਫੀਆਂ ਦਾ ਸਮਾਨ ਹੈ ਜੀ, ਫਿਰ ਕਿੱਥੋਂ ਲੈਂਦੇ ਹੋ? ਮਤਲਬ ਇਹ ਕੰਪਨੀ ਦੇ ਕੇ ਜਾਂਦੀ ਹੈ ਜੀ ਸਾਨੂੰ ਮਾਲ, ਇਹ ਕੰਪਨੀ ਵੱਲੋਂ ਆਉਂਦਾ ਗਾ, ਕੰਪਨੀ ਦੇ ਕੇ ਜਾਂਦੀ ਹੈ ਸਾਨੂੰ, ਸਾਡੀ ਦਿਹਾੜੀ ਮਿਲਦੀ ਹੈ ਬਸ, ਉਹ ਵੀ ਜੇ ਉਹਨਾਂ ਦਾ ਉਨਾ ਮਾਲ ਵਿਕੂਗਾ ਸਾਨੂੰ ਤਾਂ ਦਿਹਾੜੀ ਮਿਲੂਗੀ, ਕਮਿਸ਼ਨ ਹੁੰਦਾ ਹੀ ਹੈ ਬਸ। ਜੇ ਉਹਨਾਂ ਦਾ 1000 ਦਾ ਮਾਲ ਵਿਕ ਗਿਆ ਤਾਂ ਸਾਨੂੰ ਉਹਨਾਂ ਨੇ 300 ਦੇਣਾ ਗਾ, ਜੇ ਉਹਨਾਂ ਦਾ ਮਾਲ ਹੀ 500-700 ਦਾ ਵਿਕਿਆ ਸਾਨੂੰ ਉਹੀ 100-150 ਪੈਂਦਾ ਗਾ 200 ਪੱਲੇ। ਤੁਹਾਨੂੰ ਇਸ ਤਰ੍ਹਾਂ ਜਿਵੇਂ ਸਾਈਕਲ ਚਲਾਉਣ ਲੱਗਿਆ ਸਾਰਾ ਦਿਨ ਤੁਸੀਂ ਮਿਹਨਤ ਕਰਦੇ ਹੋ, ਕਿੰਨੇ ਕੁ ਕਿਲੋਮੀਟਰ ਤੁਹਾਨੂੰ ਸ਼ਹਿਰ 'ਚ ਜਾਣਾ ਪੈਂਦਾ, ਥੱਕ ਵੀ ਜਾਂਦੇ ਹੋ? 5-6 ਕਿਲੋਮੀਟਰ ਵਾਟ ਤਾਂ ਕੱਢਦੇ ਹਾਂ ਜੀ, ਵੀ ਨੇੜੇ ਨੇੜੇ ਕੁਲਫੀ ਫਿਰ ਕੇ ਵੀ ਵੇਚਦੇ, ਰੋੜ ਕੇ ਵੀ ਲਿਆਉਣੀ ਪੈਂਦੀ ਹੈ ਪੈਦਲ ਤੁਰ ਕੇ, ਜਿੱਥੇ ਤੱਕ ਚੱਲਦੀ ਹੈ ਚਲਾ ਵੀ ਲੈਂਦੇ ਹਾਂ, ਥੱਕ ਜਾਂਦੇ ਤਾਂ ਰੋੜ ਕੇ ਵੀ ਲੈ ਕੇ ਜਾਂਦੇ ਹਾਂ। ਇਹ ਫਿਰ ਛੋਟੇ ਬੱਚੇ ਆ ਵਿਚਾਰੇ ਮਾਸੂਮ, ਤੁਹਾਡੇ ਨਾਲ ਹੀ ਹੁੰਦੇ? ਨਾਲ ਹੀ ਹੁੰਦੇ ਨੇ ਜੀ ਮੇਰੇ, ਰਾਤ ਦੇ 10-11 ਵਜੇ ਤੱਕ ਰਹੇ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਇਹਨਾਂ ਦਾ ਜੀਵਨ ਵਿਚਾਰਿਆਂ ਦਾ ਨਾ ਪੜ੍ਹਾਈ ਲਿਖਾਈ ਕੀਤੀ ਨਾ ਕੁਛ? ਕੁਛ ਵੀ ਨਹੀਂ ਜੀ, ਜੇ ਸਰਕਾਰਾਂ ਮਾੜੀਆਂ ਤਾਂ ਕੁਛ ਵੀ ਨਹੀਂ ਹੋਇਆ, ਸਰਕਾਰਾਂ ਚੰਗੀਆਂ ਹੁੰਦੀਆਂ ਤਾਂ ਬੱਚਿਆਂ ਦੀਆਂ ਪੜ੍ਹਾਈਆਂ ਹੁੰਦੀਆਂ ਜੀ। ਇਹ ਇੱਕ ਸਨ ਔਰਤ ਵਿਚਾਰੇ ਜੋ ਕਿ ਗਰੀਬੀ ਨਾਲ ਆਪਣਾ ਪਰਿਵਾਰ ਦਾ ਟਾਈਮ ਪੂਰਾ ਕਰ ਰਹੇ ਨੇ, ਇਸ ਰੇੜੀ ਨੂੰ ਚਲਾ ਕੇ ਜੋ ਕਿ ਕੁਲਫੀਆਂ ਦੀ ਰੇੜੀ ਹੈ, ਸਾਰਾ ਦਿਨ ਮਿਹਨਤ ਕਰਦੇ ਨੇ, 5-6 ਕਿਲੋਮੀਟਰ ਸ਼ਹਿਰ ਵਿੱਚ ਘੁੰਮਦੇ ਨੇ, ਔਰ ਇਹਨਾਂ ਨੂੰ 250-300 ਦੇ ਕਰੀਬ ਦਿਹਾੜੀ ਮਿਲਦੀ ਹੈ, ਉਸ ਨਾਲ ਇਹ ਬਹੁਤ ਹੀ ਆਪਣੇ ਪਰਿਵਾਰ ਦਾ ਜੋ ਗੁਜ਼ਾਰਾ ਬੜੀ ਮੁਸ਼ਕਲ ਨਾਲ ਇਹ ਕਰ ਰਹੇ ਨੇ, ਔਰ ਜੋ ਇਹਨਾਂ ਦੇ ਪਤੀ ਪਿਛਲੇ ਸਮੇਂ ਦੌਰਾਨ ਬਿਮਾਰ ਵੀ ਰਹੇ।